ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਚਾ ਗਿਲਹੋਤਰਾ ਪਹਿਲਾ ਪੇਸ਼ ਨਹੀਂ ਛੋਣਿਆ ਖਬਰਾਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਕਮਿਸ਼ਨ ਨੇ ਆਦਰ ਚੋਣ ਜਾਬਤੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼ ਕਿਤੇ ਜਾਰੀ ਕਾਲ ਸੈਂਟਰ ਆਦਰਸ਼ ਸ਼ਿਕਾਇਤ ਨਿਵਾਰਨ ਤੰਤਰ ਬਾਰੇ ਜਾਣਕਾਰੀ ਕੀਤੀ ਸਾਂਝੀ ਟੋਲ ਫਰੀ ਨੰਬਰ 1950 ਕੀਤਾ ਜਨਤਕ ਸਮੁੰਦਰੀ ਡਾਕੂਆਂ ਖਿਲਾਫ ਭਾਰਤੀ ਨਵੀਨ ਨੂੰ ਫੇਰ ਮਿਲੀ ਵੱਡੀ ਸਫਲਤਾ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਰਵਿੰਦ ਕੇਜਰੀਵਾਲ ਨੂੰ ਦੋ ਵਕਫ ਵਕ ਮਾਮਲਿਆਂ 'ਚ ਸੱਮਨ ਕਿਤੇ ਜਾਰੀ ਰਾਸ਼ਟਰੀ ਸਵੈਮ ਸੇਵਕ ਸੰਗ ਦੀ ਅਖਿਲ ਭਾਰਤੀ ਪ੍ਰਤੀਨਿਧਿਤ ਸਭਾ ਦੀ ਇਸ ਮਾਪਤੀ ਅੱਜ ਪੰਜਾਬ ਦੇ ਮੁਖ ਚੋਣ ਅਧਿਕਾਰੀ ਸਬੰਸੀ ਨੇ ਸੂਬੇ ਚੋਣ ਜਾਬਤੇ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਤੇ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਚੋਣਾਂ ਅਤੇ ਚਾਰ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਸਮੇਤ ਵਕਵਕ ਸੂਬਿਆਂ ਦੀ ਜਿਮਣੀ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜਾਬਤੀ ਦੀਆਂ ਵਿਵਸਥਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਦੇਸ਼ ਪਰਚ ਸੂਬਿਆਂ ਦੇ ਕੈਬਨਿਟਸ ਕਤਰਾ ਮੁਖਸ ਕਤਰਾ ਅਤੇ ਮੁਖ ਚੋਣ ਅਧਿਕਾਰੀਆਂ ਨੂੰ ਲਿਖੇ ਪੱਤਰ ਵਿੱਚ ਕਮਿਸ਼ਨ ਨੇ ਕਿਹਾ ਹੈ ਕਿ ਸਰਕਾਰੀ ਜਾਇਦਾਦ ਤੇ ਕਿਸੇ ਵੀ ਕੰਧ ਤੇ ਲਿਖੇ ਪੋਸਟਰ ਜਾਂ ਕਿਸੇ ਹੋਰ ਰੂਪ ਦੇ ਵਿਗਾੜ ਨੂੰ 24 ਘੰਟਿਆਂ ਦੇ ਅੰਦਰ ਹਟਾ ਦਿੱਤਾ ਜਾਵੇਗਾ ਇਸ ਵਿੱਚ ਕਿਹਾ ਗਿਆ ਹੈ ਕਿ ਜਨ ਤੱਕ ਜਾਇਦਾਦ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡਾਂ ਵਰਗੀਆਂ ਜਨਤਕ ਥਾਵਾਂ ਤੇ ਕੰਤੇ ਲਿਖਿਆ ਜਾਂ ਲੱਗੇ ਪੋਸਟਰ ਹੋਰਡਿੰਗਸ ਬੈਨਰ ਚੰਡਿਆਂ ਦੇ ਰੂਪ ਵਿੱਚ ਸਾਰੇ ਅਨधिकृत ਸਿਆਸੀ ਇਸ਼ਤਿਹਾਰਾਂ ਨੂੰ 48 ਘੰਟਿਆਂ ਦੇ ਅੰਦਰ ਅੰਦਰ ਹਟਾ ਦਿੱਤਾ ਜਾਵੇਗਾ ਨਿੱਜੀ ਜ਼ਾਇਦਾਦਾਂ ਤੇ ਲਗਾਏ ਗਏ ਅਨधिकृत ਸਿਆਸੀ ਇਸ਼ਤਿਹਾਰਾਂ ਵੀ 72 ਘੰਟਿਆਂ ਵਿੱਚ ਹਟਾਉਣ ਲਈ ਕਿਹਾ ਹੈ ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਕੁਝ ਮਾਮਲਿਆਂ ਨੂੰ ਛੱਡ ਕੇ ਚੋਣ ਸਭੰਦੀ ਅਧਿਕਾਰਤ ਫਰਜ਼ ਨਿਭਾਉਣ ਵਾਲੇ ਅਧਿਕਾਰੀਆਂ ਤੋਂ ਇਲਾਵਾ ਕਿਸੇ ਵੀ ਸਿਆਸੀ ਪਾਰਟੀ ਉਮੀਦਵਾਰ ਜਾਂ ਚੋਣ ਨਾਲ ਇਹ ਕਿਸੇ ਹੋਰ ਵਿਅਕਤੀ ਨੂੰ ਪ੍ਰਚਾਰ ਜਾਂ ਚੋਣ ਪ੍ਰਚਾਰ ਦੇ ਅਧਿਕਾਰਤ ਮਾਹੌਨਾ ਤੇ ਪੂਰੀ پابੰਦੀ ਹੋਵੇਗੀ ਇਸ ਵਿੱਚ ਇਹ ਕਿਹਾ ਗਿਆ ਹੈ ਕਿ ਸਰਕਾਰੀ ਖਜ਼ਾਨੇ ਦੀ ਕੀਮਤ ਤੇ ਸਰਕਾਰ ਦੀਆਂ ਉਪਲਬਧੀਆਂ ਨੂੰ ਉਜਾਗਰ ਕਰਨ ਵਾਲੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਵਿੱਚ ਕੋਈ ਵੀ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾਵੇਗਾ ਮੁਕਚੌਣ ਅਫਸਰਾਂ ਤੇ ਜ਼ਿਲ੍ਹਾ ਚੌਣ ਅਫਸਰਾਂ ਨੂੰ ਚੋਣਾਂ ਦੇ ਐਲਾਨ ਤੋਂ ਫੌਰੀ ਬਾਅਦ ਸਰਕਾਰ ਦੀਆਂ ਪ੍ਰਾਪਤੀਆਂ ਦਰਸਾਉਣ ਵਾਲੇ ਕਿਸੇ ਵੀ ਇਸ਼ਤਿਹਾਰ ਨੂੰ ਹਟਾਉਣ ਜਾਂ ਰੋਕਣ ਲਈ ਫੌਰੀ ਕਾਰਵਾਈ ਕਰਨੀ ਪਵੇਗੀ ਸੀਈਓਜ਼ ਨੂੰ ਸੂਬਿਆਂ ਦੀਆਂ ਅਧਿਕਾਰਤ ਵੈੱਬਸਾਈਟਾਂ ਤੋਂ ਕਿਸੇ ਵੀ ਸਿਆਸੀ ਅਹੁਦੇਦਾਰ ਦੀ ਤਸਵੀਰ ਹਟਾਉਣ ਜਾਂ ਛਾਪਣ ਲਈ ਤੁਰੰਤ ਕਾਰਵਾਈ ਕਰਨੀ ਪਵੇਗੀ ਕਮਿਸ਼ਨ ਨੇ ਕਿਹਾ ਕਿ ਚੋਣ ਵਾਲੇ ਰਾਜਾਂ ਵਿੱਚ ਵੈੱਬਸਾਈਟ ਅਤੇ ਕਾਲ ਸੈਂਟਰ ਦੇ ਆਧਾਰ ਤੇ ਸ਼ਿਕਾਇਤ ਨਿਵਾਰਨ ਤੰਤਰ ਕੰਮ ਕਰੇਗਾ ਕਾਲ ਸੈਂਟਰ ਦਾ ਟੋਲ ਫਰੀ ਨੰਬਰ 1950 ਹੈ ਪ੍ਰਮੁੱਖ ਚੋਣ ਸਰਗਰਮੀਆਂ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਵੇਗਾ ਅਤੇ ਇਸ ਮੰਤਵ ਲਈ ਵੋਟਰ ਸਾਕਰਤਾ ਸਮਗਰੀ ਪ੍ਰਦਰਸ਼ਿਤ ਕਰਨ ਲਈ ਰੇਡੀਓ ਟੀਵੀ ਸਿਨੇਮਾ ਅਤੇ ਸਰਕਾਰੀ ਚੈਨਲ ਰਾਹੀਂ ਲੋੜੀਂਦੀ ਜਾਣਕਾਰੀ ਪ੍ਰਸਾਰਤ ਵੀ ਕੀਤੀ ਜਾਵੇਗੀ ਭਾਰਤੀ ਨਵੀ ਨੇ ਇੱਕ ਵਾਰ ਫਿਰ ਸਮੁੰਦਰੀ ਡਾਕੂਆਂ ਖਿਲਾਫ ਵੱਡੀ ਸਫਲਤਾ ਹਾਸਲ ਕੀਤੀ ਹੈ ਭਾਰਤੀ ਜੰਗੀ ਬੇੜੇ ਆਈ ਐਨ ਐਸ ਕੋਲਕਾਤਾ ਨੇ ਅਰਬ ਸਾਗਰ ਵਿੱਚ ਹਾਈਜੈਕ ਕੀਤੇ ਜਹਾਜ਼ ਵਿੱਚ ਸਵਾਰ ਸਾਰੇ 35 ਸਮੁੰਦਰੀ ਡਾਕੂਆਂ ਨੂੰ ਆਤਮ ਸਮਰਪਿਤ ਕਰਨ ਲਈ ਮਜਬੂਰ ਕਰ ਦਿੱਤਾ ਭਾਰਤੀ ਨਵੀ ਦਾ ਇਹ ਆਪਰੇਸ਼ਨ ਕਰੀਬ 40 ਘੰਟੇ ਚੱਲਿਆ ਭਾਰਤੀ ਨਵੀ ਨੇ ਇਸ ਆਪਰੇਸ਼ਨ ਨਾਲ ਜੁੜੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝੀ ਕੀਤੀ ਹੈ ਜਿਸ ਚ ਦੱਸਿਆ ਗਿਆ ਹੈ ਕਿ ਆਈ ਐਨ ਐਸ ਕੋਲਕਾਤਾ ਨੇ ਭਾਰਤੀ ਟਟ ਤੋਂ ਕਰੀਬ 2600 ਕਿਲੋਮੀਟਰ ਦੂਰ ਸਮੁੰਦਰੀ ਡਾਕੂ ਜਹਾਜ਼ ਰੋਇਨ ਨੂੰ ਕੇਲਿਆ ਸੀ ਆਪਰੇਸ਼ਨ ਵਿੱਚ ਭਾਰਤੀ ਜਲ ਸੈਨਾ ਦੇ ਮਾਰਕੋਸ ਕਮਾਂਡੋਜ਼ ਨੂੰ ਸੀ 17 ਜਹਾਜ਼ਾਤੋਂ ਆਈਐਨਐਸ ਸੁਬਦਰਾ ਅਤੇ ਸਮੁੰਦਰੀ ਗਸ਼ਤੀ ਜਹਾਜ਼ਾਂ ਦੇ ਨਾਲ ਜਹਾਜ਼ ਵਿੱਚ ਉਤਾਰਿਆ ਗਿਆ ਇਹ ਸਾਂਝੀ ਕੋਸ਼ਿਸ਼ ਸਮੁੰਦਰੀ ਡਾਕੂਆਂ ਦੇ ਜਹਾਜ਼ ਨੂੰ ਰੋਕਣ ਵਿੱਚ ਸਫਲ ਰਹੀ ਲੁਟੇਰਿਆਂ ਨੂੰ ਤੁਰੰਤ ਆਤਮ ਸਮਰਪਣ ਕਰਨ ਅਤੇ ਬੰਦਕਾਂ ਨੂੰ ਰਿਹਾ ਕਰਨ ਲਈ ਕਿਹਾ ਗਿਆ ਹਾਈਜੈਕ ਕੀਤਾ ਗਿਆ ਜਹਾਜ਼ ਐਮਵੀ ਰੋਇਨ ਦੇ ਚਾਲਕ ਦਲ ਦੇ 17 ਮੈਂਬਰਾਂ ਨੂੰ 48 ਘੰਟਿਆਂ ਦੀ ਮੁਹਿੰਮ ਵਿੱਚ ਸੁਰੱਖਿਅਤ ਬਚਾਲਿਆ ਗਿਆ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਦੋ ਵੱਖ-ਵੱਖ ਮਾਮਲਿਆਂ 'ਚ ਸਬੰਧ ਜਾਰੀ ਕੀਤੇ ਨੇ ਈਡੀ ਨੇ ਦਿੱਲੀ ਆਵਾਕਾਰੀ ਨਿਧੀ ਸਾਲ 2021-22 ਮਾਮਲੇ ਵਿੱਚ ਕਥਿਤ ਬੇਨਿਯਮੀਆਂ ਨਾਲ ਸੰਬੰਧਤ منی ਲਾਂਡਰਿੰਗ ਜਾਂਚ ਤਹਿਤ ਕੇਜਰੀਵਾਲ ਨੂੰ ਨੌਵਾਂ ਸਬੰਧ ਜਾਰੀ ਕਰਕੇ 21 ਮਾਰਚ ਨੂੰ ਪੁੱਛਗਿੱਛ ਲਈ ਈਡੀ ਦੇ ਦਫ਼ਤਰ ਸੱਦਿਆ ਈਡੀ ਵੱਲੋਂ ਕੇਜਰੀਵਾਲ ਨੂੰ ਹੁਣ ਤੱਕ 8 ਸਬੰਧ ਜਾਰੀ ਕੀਤੇ ਜਾ ਚੁੱਕੇ ਨੇ ਪਰ ਇੱਕ ਵਾਰ ਵੀ ਕੇਜਰੀਵਾਲ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ 8ਵੇਂ ਸਬੰਧ ਅੱਜ ਪੇਜੀ ਗਈ ਤਾਰੀਖ 4 ਮਾਰਚ ਸੀ ਈਡੀ ਨੇ ਦਿੱਲੀ ਜਲਬੋਰਡ ਮਾਮਲੇ ਵਿੱਚ ਵੀ ਕੇਜਰੀਵਾਲ ਨੂੰ ਸਮਨ ਜਾਰੀ ਕੀਤਾ ਈਡੀ ਨੇ ਕੇਜਰੀਵਾਲ ਨੂੰ 18 ਮਾਰਚ ਨੂੰ ਪੁਚਕਿਚ ਲਈ ਸੱਦਿਆ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਾਲਾਨਾ ਅਕਲ ਭਾਰਤੀ ਪ੍ਰਤੀਨਿਧੀ ਸਭਾ ਅੱਜ ਮੁਕੰਮਲ ਹੋ ਰਹੀ ਹੈ 15 ਮਾਰਚ ਨੂੰ Nagpur ਦੇ रेशਮ ਬਾਗ ਸਥਿਤ ਸਮ੍ਰਿਤੀ ਪਵਨ ਕੰਪਲੈਕਸ ਚ ਚੱਲ ਰਹੀ ਇਸ ਬੈਠਕ ਚ 2023-24 ਲਈ ਸੰਘ ਦੇ ਕੰਮ ਦੀ ਸਮੀਖਿਆ ਕੀਤੀ ਗਈ ਅਤੇ ਆਉਣ ਵਾਲੇ ਸਾਲ 2024-25 ਲਈ ਸੰਘ ਦੀ ਕਾਰਜ ਯੋਜਨਾ ਤੇ ਚਰਚਾ ਕੀਤੀ ਗਈ ਪ੍ਰਤੀਨਿਧੀ ਸਭਾ ਹਰ ਤਿੰਨ ਸਾਲ ਬਾਅਦ ਕਰਵਾਈ ਜਾਂਦੀ ਹੈ ਪ੍ਰਤੀਨਿਧ ਸਦਨ ਵਿੱਚ ਸਰਸੰਚਾਲਕ ਡਾਕਟਰ ਮੋਹਨ ਪਾਗਵਲ ਸਰਕਾਰੀਵਾ ਦੱਤਾ ਤ੍ਰੇ ਹੌਸਬਾਲੇ ਅਤੇ ਸਾਰੇ ਸਹਿ ਸਰਕਾਰਵਾ ਅਤੇ 45 ਪ੍ਰਾਂਤ ਦੇ 1500 ਨੁਮਾਇੰਦੇ ਇਸ ਵਿੱਚ ਹਿੱਸਾ ਲੈ ਰਹੇ ਨੇ ਲੋਕ ਸਭਾ ਚੋਣ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਫਸਰ ਸਿਵਨ ਸੀ ਨੇ ਸੁਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਕਮ ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਮੀਟਿੰਗ ਕੀਤੀ ਉਹਨਾਂ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਅਦਰ ਸਟ੍ਰੋਂਗ ਜਾਪਤੇ ਦੇ ਦਿਸ਼ਾ ਨਿਰਦੇਸ਼ਾਂ ਨੂੰ ਪਰਭਾਵਸ਼ਾਲੀ ਟੰਗਨਾ ਲਾਗੂਕਰਨ ਨੂੰ ਯਕੀਨੀ ਬਣਾਉਣਾ ਜੋ ਸਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ ਸਿਵਨਸੀ ਨੇ ਅਧਿਕਾਰੀਆਂ ਅਤੇ ਐਮਸੀਸੀ 3 ਮੰਨ ਨੂੰ ਸਰਗਰਮ ਰਹਿਣ ਦੇ ਨਿਰਦੇਸ਼ ਦਿੱਤੇ ਉਹਨਾਂ ਨੇ ਸੀ ਵਿਜੂਅਲ ਐਪ ਤੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਤੇ ਕਾਰਵਾਈ ਕਰਨ ਲਈ 100 ਮਿੰਟ ਦੇ ਸਮੇਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਸਈ ਵਿਜ਼ੂਅਲ ਖਾਸ ਤੌਰ ਤੇ ਇੱਕ ਮੋਬਾਈਲ ਐਪਲੀਕੇਸ਼ਨ ਹੈ ਜਿਹੜੀ ਪਰਚਨ ਕਮਿਸ਼ਨ ਵੱਲੋਂ ਬਣਾਈ ਗਈ ਹੈ ਤਾਂ ਜੋ ਨਾਗਰਿਕਾਂ ਨੂੰ ਚੋਣਾਂ ਦੌਰਾਨ ਅਦਰਸ਼ਤਨ ਜਾਪਤੀ ਦੀ ਉਲੰਘਣਾ ਦੀ ਰਿਪੋਰਟ ਕਰਨ ਦੇ ਸਮਰਥ ਬਨਾਇਆ ਜਾ ਸਕੇ ਸਵੀਪ ਟੀਮ ਪਟਿਆਲਾ ਨੇ ਕਸਬਾ ਬਲਬੇੜਾ ਦੇ ਕਟਵੋਟ ਫਿਸਦ ਵਾਲੇ ਖੇਤਰਾਂ ਦਾ ਦੌਰਾ ਕੀਤਾ ਅਤੇ ਚੋਣ ਪ੍ਰਕਿਰਿਆ ਵਿੱਚ ਸਰਗਰਮ ਪਾਗੀਦਾਰੀ ਲਈ ਪਿੰਡ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ ਚੋਣ ਕਮਿਸ਼ਨਰ ਦੇ ਨਾਰੇ ਇਸ ਵਾਰ 70% ਪਾਰ ਅਦੀਨ ਵੋਟਰਾਂ ਦੀ ਗਿਣਤੀ ਵਿੱਚ 70% ਤੋਂ ਵੱਧ ਵਾਦੇ ਲਈ ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈ ਨੋਡਲ ਅਫਸਰ ਸ੍ਰੀ ਪ੍ਰੋਫੈਸਰ ਸੁਵਿੰਦਰ ਰੇਖੀ ਦੀ ਅਗਵਾਈ ਹੇਠ ਸਵੀਪ ਟੀਮ ਨੇ ਸਕੂਲਾਂ ਦੇ ਇਲੈਕਟਰੋਲ ਲਿਟਰੇਸੀ ਕਲੱਬ ਦੇ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਉਹਨਾਂ ਨੂੰ ਆਉਣ ਵਾਲੀਆਂ ਚੋਣਾਂ ਬਾਰੇ ਉਹਨਾਂ ਦੀ ਭੂਮਿਕਾ ਬਾਰੇ ਜਾਗਰੂਕ ਕੀਤਾ। ਚੋਣ ਕਮਿਸ਼ਨ ਦੀਆਂ ਆਪਸੀ ਵਿਜ਼ੂਅਲ ਐਪ ਆਪਣੇ ਉਮੀਦਵਾਰ ਨੂੰ ਜਾਣੋ, ਸਕਸ਼ਮ ਐਪ ਅਤੇ ਵੋਟਰ ਹੈਲਪਲਾਈਨ ਐਪਸ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸਿਵਲ ਸਰਜਨ ਲੁਧਿਆਣਾ ਡਾਕਟਰ ਜਸਪੀਰ ਸਿੰਘ ਆਲਖ ਦੀਆਂ ਹਦਾਇਤਾਂ ਅਨੁਸਾਰ ਅਤੇ ਐਸ ਐਮਓ ਮਾਨਪੁਰ ਡਾਕਟਰ ਰਵੀ ਦੱਤ ਦੀ ਅਗਵਾਈ ਵਿੱਚ ਸੀਐਚਸੀ ਮਾਨਪੁਰ ਵਿਖੇ ਰਾਸ਼ਟਰੀ ਕਿਸ਼ੋਰ ਸਿਹਤ ਪ੍ਰੋਗਰਾਮ ਤਹਿਤ ਬਲਾਕ ਅਦੀਨ ਪੈਂਦੇ ਪਿੰਡਾਂ ਦੀਆਂ ਆਂਗਣਵਾੜੀ ਵਰਕਰਾਂ ਨੂੰ ਹਫਤਾਵਾਰੀ ਆਇਰਨ ਅਤੇ ਫੋਲਿਕ ਐਸਿਡ ਸਪਲੀਮੈਂਟਸ ਬੰਦੀ ਟ੍ਰੇਨਿੰਗ ਕਰਵਾਈ ਗਈ। ਉਹਨਾਂ ਦੱਸਿਆ ਕਿ ਖੂਨ ਦੀ ਕਮੀ ਕਾਰਨ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੁੰਦਾ। ਇਸ ਲਈ ਬੱਚਿਆਂ ਨੂੰ ਹਰ ਹਫਤੇ ਆਇਰਨ ਅਤੇ ਫੋਲਿਕ ਸਪਲੀਮੈਂਟਸ ਦੀ ਖੁਰਾਕ ਦਿੱਤੀ ਜਾਂਦੀ ਹੈ ਤਾਂ ਜੋ ਵਿਚ ਖੂਨ ਦੀ ਕਮੀ ਨਾ ਹੋਵੇ ਪੰਜਾਬ ਪੁਲਿਸ ਨੇ ਗੁਰਦਾਸਪੁਰ ਵਿੱਚ ਡਰਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲੇ 6 ਸਮਗਲਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਵਿੱਚੋਂ ਇੱਕ ਕੋਲੋਂ ਇੱਕ ਪਾਕਿਸਤਾਨ ਵੱਲੋਂ ਭੇਜਿਆ ਗਿਆ ਡਰਨ ਵੀ ਬਰਾਮਦ ਕੀਤਾ ਗਿਆ ਹੈ। ਇਹਨਾਂ ਸਮਗਲਨਾਂ ਕੋਲੋਂ 875 ਗ੍ਰਾਮ ਹੈਰੋਇਨ, ਇੱਕ ਪਿਸਤੌਲ, ਚਾਰ ਬੰਦੂਕਾਂ, 3 ਲੱਖ ਰੁਪਏ ਦੀ ਡਰਗ ਮਨੀ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ। ਐਸਪੀ ਬਲਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੂਬਾ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਦਿੱਤੀਆਂ ਗਈਆਂ ਵਿਸ਼ੇਸ਼ ਹਦਾਇਤਾਂ ਦੀ ਪਾਲਣਾ ਕਰਦਿਆਂ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਗਈ ਹੈ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇਹ ਦੋਸ਼ੀ ਹਰਵਿੰਦਰ ਹਰਪ੍ਰੀਤ ਸਿੰਘ ਅਤੇ ਫੈਪੀ ਪੁੱਤਰ ਗੁਰਪਾਲ ਸਿੰਘ ਵਾਸੀ ਦੋਸਤਪੁਰ ਨੂੰ ਸਪਲਾਈ ਕਰਦੇ ਸਨ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ 2 ਲੱਖ ਰੁਪਏ ਡਰਗਮਨੀ ਬਰਾਮਦ ਹੋਈ ਹੈ ਕਬਰਾਦਾ ਬਚਨ ਸਾਡੇ ਦਰਸ਼ਕ ਆਰਐਨ ਯੂਡੀਡੀ ਦੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵੀ ਦੇਖ ਸਕਦੇ ਨੇ ਤੇ ਇਸ ਨਾਲ ਹੀ ਕਬਰਾਦਾ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ